ਦੀਪ ਹੇਅਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਰਡਰ ਤਾਂ ਅੰਕੜੇ ਆ ਪੰਜਾਬ ਦੇ, ਤਾਂ ਫਿਰ ਦੂਜੇ ਤਾਂ ਮਾੜੇ, ਇਸ ਕਰਕੇ ਤੁਸੀਂ ਬਦਲ ਤੇ ਅਕਾਲੀ ਕਾਂਗਰਸ 'ਚ ਵੀ ਦੋ ਕਤਲ ਹੁੰਦੇ ਸੀ, ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ। ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ 'ਚੋਂ ਕੋਈ ਮੈਂਬਰ ਹੁੰਦਾ, ਕੀ ਤੁਸੀਂ ਅੰਕੜਾ ਫਿਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ? ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤੜਕੇ ਦੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਦਾ, ਉਹਨਾਂ ਨੂੰ ਸਭ ਪਤਾ ਹੈ। ਡਰ ਤੱਕ ਭਰੇ ਹੋਏ ਹਾਂ ਅਸੀਂ ਸਾਰੇ, ਪਰੰਤੂ ਸਬਰ ਹੈ, ਸਾਡੀ ਕੋਈ ਪੇਸ਼ ਨਹੀਂ ਜਾ ਰਹੀ। ਦੇਖੋ ਜੀ, ਮੇਰੇ ਕੋਲ ਆਮ ਆਦਮੀ ਨੇ ਮੇਰਾ ਕੋਈ ਵੱਟਦਾ ਰੌਲਾ ਨਹੀਂ ਕਿਸੇ ਗੱਲ ਦਾ। ਜੇ ਉਹ ਕਿਸੇ ਗੱਲ ਨਾਲ ਸਾਡੇ ਨਾਲ ਮਿਲ ਕੇ ਆ ਮੇਰੀ ਜਸਟਿਸ ਦੀ ਗੱਲ ਹੀ ਢੰਗ ਨਾਲ ਕਰ ਦੇਣ, ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇਣ, ਫਾਸਟ ਟਰੈਕ ਕੋਰਟ 'ਤੇ ਚਲਾ ਦੇ, ਮੇਰਾ ਕੀ ਕਰਾਇਆ ਆਮ ਪਾਰਟੀ ਨੇ? ਮੈਂ ਤਾਂ ਕਪੀੜ 'ਤੇ ਬੈਠਦੇ, ਮੈਨੂੰ ਤਾਂ ਰੋਲਿਆ ਜਾ ਰਿਹਾ। 75 ਤੋਂ ਮੈਨੂੰ ਸੁਰਤਾ ਹੈ ਵੋਟ ਪਾਉਣ ਲੱਗਿਆ ਸੀ ਬਚਪਨ 'ਚ, ਮੈਂ ਉਹਦਾ ਕਾਂਗਰਸ ਪਾਰਟੀ ਨਾਲ, ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ, ਤਾਂ ਮੈਂ ਕੋਈ ਲੁਕਾਉਣਾ ਨਹੀਂ ਚਾਹੁੰਦਾ, ਕੋਈ ਮੈਂ ਡਬਲ ਮਾਈਂਡ ਨਹੀਂ ਹਾਂ, ਕੋਈ ਮੈਂ ਭੁਲੇਖੇ 'ਚ ਨਹੀਂ ਕਿਸੇ ਨੂੰ ਰੱਖਣਾ ਚਾਹੁੰਦਾ, ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਮੈਂ ਇੱਕ ਕਾਂਗਰਸੀ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਤੇ ਸਵਾਲ ਖੜੇ ਕੀਤੇ, ਕਈ ਇਲਜ਼ਾਮ ਲਗਾਏ। ਮੌਕਾ ਸੀ ਜਦੋਂ ਬਲਕੌਰ ਸਿੰਘ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਲਈ ਬਰਨਾਲਾ ਪਹੁੰਚੇ ਹੋਏ ਸਨ। ਇੱਥੇ ਬਲਕੌਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਤਾਂ ਦਹਾਕਿਆਂ ਤੋਂ ਕਾਂਗਰਸੀ ਨੇ। ਮੀਤ ਹੇਅਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਰਡਰ ਤਾਂ ਅੰਕੜੇ ਆ ਪੰਜਾਬ ਦੇ, ਤਾਂ ਫਿਰ ਦੂਜੇ ਤਾਂ ਮਾੜੇ, ਇਸ ਕਰਕੇ ਤੁਸੀਂ ਬਦਲ ਤੇ ਅਕਾਲੀ ਕਾਂਗਰਸ 'ਚ ਵੀ ਦੋ ਕਤਲ ਹੁੰਦੇ ਸੀ, ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ। ਦੂਜਿਆਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ 'ਚੋਂ ਕੋਈ ਮੈਂਬਰ ਹੁੰਦਾ, ਕੀ ਤੁਸੀਂ ਅੰਕੜਾ ਫਿਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ? ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ, ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ, ਉਹਨੂੰ ਵਿਸ਼ਵ ਭਰ ਦੇ ਵਿੱਚ, ਕੱਲ੍ਹ ਤੁਸੀਂ ਦੇਖਿਆ ਹੋਊਗਾ, ਕੱਲ੍ਹ ਮੇਰੇ ਕੋਲ ਬਰਮਿੰਘਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ, ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਸੰਸਾਰ ਦਾ, ਅਤੇ ਅਸੀਂ ਭਟਕਦੇ ਫਿਰਦੇ ਹਾਂ ਕੇਸ ਚਲਾਉਣ ਵਾਸਤੇ। ਮੈਂ ਦੁੱਖ ਦਾ ਪ੍ਰਗਟਾਵਾ ਇਸ ਲਈ ਦੁਖੀ ਹੁੰਦਾ, ਇਸ ਕਰਕੇ ਮੈਂ ਨਹੀਂ, ਮੈਂ ਘਰੇ ਬੈਠਾ ਸੀ, ਮੈਂ ਜਦੋਂ ਇਹ ਇਹਨਾਂ ਨੇ ਇਹ ਕਰਤੂਤਾਂ ਵੇਖੀਆਂ ਵੀ ਇਸ ਕਦਰ ਤੱਕ ਦੀ, ਇਕੱਲਾ ਜੀ ਮੀਤ ਹੇਅਰ ਨਹੀਂ ਅਕਾਲੀ ਕੈਂਡੀਡੇਟ ਵੀ ਜਿਹਨਾਂ ਨੂੰ ਮੈਂ ਚਾਰ ਬੰਦੇ ਨੋਮੀਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕੇ ਹਾਂ, ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਅੱਗੇ, ਤਾਂ ਫਿਰ ਮੈਨੂੰ ਦੇਖਿਆ ਵੀ ਮੈਂ ਘਰੇ ਬੈਠਾ ਕਿਉਂ ਕਰਾਂ, ਮੈਂ ਵੀ ਕਿਸੇ ਧਰਨੇ ਨਾਲ ਕਿਉਂ ਨਾ ਜਾਵਾਂ? ਅੱਜ ਤੁਸੀਂ ਸੁਖਪਾਲ ਤੇ ਖਹਿਰਾ ਦੀ ਸਪੋਰਟ ਤੇ ਆਏ ਹੋ, ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ 'ਚ ਤੇ ਕਾਫੀ ਵੱਡੀ ਗਿਣਤੀ 'ਚ ਨੇ, ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹੋਗੇ ਲੋਕ ਸਭਾ ਚੋਣਾਂ ਦੇ? ਦੇਖੋ ਜੀ, ਉਹਨਾਂ ਨੂੰ ਮੈਂ ਪੈਗਾਮ ਦੇਵਾਂ ਚਾਹੇ ਨਾ ਦੇਵਾਂ, ਉਹਨਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤੜਕੇ ਦੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਦਾ, ਉਹਨਾਂ ਨੂੰ ਸਭ ਪਤਾ ਹੈ। ਡਰ ਤੱਕ ਭਰੇ ਹੋਏ ਹਾਂ ਅਸੀਂ ਸਾਰੇ, ਪਰੰਤੂ ਸਬਰ ਹੈ, ਸਾਡੀ ਕੋਈ ਪੇਸ਼ ਨਹੀਂ ਜਾ ਰਹੀ। ਦੇਖੋ ਜੀ, ਮੇਰੇ ਕੋਲ ਆਮ ਆਦਮੀ ਨੇ ਮੇਰਾ ਕੋਈ ਵੱਟਦਾ ਰੌਲਾ ਨਹੀਂ ਕਿਸੇ ਗੱਲ ਦਾ, ਜੇ ਉਹ ਕਿਸੇ ਗੱਲ ਨਾਲ ਸਾਡੇ ਨਾਲ ਮਿਲ ਕੇ ਮੇਰੀ ਜਸਟਿਸ ਦੀ ਗੱਲ ਹੀ ਢੰਗ ਨਾਲ ਕਰ ਦੇਣ, ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇਣ, ਫਾਸਟ ਟਰੈਕ ਕੋਰਟ 'ਤੇ ਚਲਾ ਦੇਣ, ਮੇਰਾ ਕੀ ਕਰਾਇਆ ਆਮ ਪਾਰਟੀ ਨੇ? ਮੈਂ ਤਾਂ ਕਪੀੜ 'ਤੇ ਬੈਠਦੇ, ਮੈਨੂੰ ਤਾਂ ਰੋਲਿਆ ਜਾ ਰਿਹਾ। 75 ਤੋਂ ਮੈਨੂੰ ਸੁਰਤਾ ਹੈ ਵੋਟ ਪਾਉਣ ਲੱਗਿਆ ਸੀ ਬਚਪਨ 'ਚ, ਮੈਂ ਉਹਦਾ ਕਾਂਗਰਸ ਪਾਰਟੀ ਨਾਲ, ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ, ਤਾਂ ਮੈਂ ਕੋਈ ਲੁਕਾਉਣਾ ਨਹੀਂ ਚਾਹੁੰਦਾ, ਕੋਈ ਮੈਂ ਡਬਲ ਮਾਈਂਡ ਨਹੀਂ ਹਾਂ, ਕੋਈ ਮੈਂ ਭੁਲੇਖੇ 'ਚ ਨਹੀਂ ਕਿਸੇ ਨੂੰ ਰੱਖਣਾ ਚਾਹੁੰਦਾ, ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਮੈਂ ਇੱਕ ਕਾਂਗਰਸੀ ਹਾਂ। ਤੁਸੀਂ ਸੁਣਿਆ ਸਾਰਾ ਕੁਝ ਕਹਿਣਾ, ਇਸ ਲਈ ਇਹਨਾਂ ਦੀ ਇਨਸਾਫ਼ ਦੀ ਲੜਾਈ ਪਕਾਇਆ, ਆਉਣ ਵਾਲੇ ਸਮੇਂ ਵਿੱਚ ਇੰਡੀਆ ਅਲਾਇੰਸ ਰਾਹੀਂ ਅਸੀਂ ਲੜਾਂਗੇ, ਔਰ ਜੋ ਇਹਨਾਂ ਨੇ ਸਾਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ, ਮੈਂ ਸਰਦਾਰ ਬਲਕੌਰ ਸਿੰਘ ਜੀ, ਸਿੱਧੂ ਸਾਹਿਬ ਦੇ ਸਮੂਹ ਪਰਿਵਾਰ, ਆਪਣੀ ਭੈਣ ਚਰਨ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਇਕੱਲਾ ਸੰਗਰੂਰ ਨਹੀਂ, ਬਠਿੰਡਾ ਨਹੀਂ, ਗੁਰਦਾਸਪੁਰ ਨਹੀਂ, ਲੁਧਿਆਣਾ,
ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟ ਦਾ ਸਪੋਰਟ ਕੀਤੀ, ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ। ਸੰਗਰੂਰ ਦੇ ਵਿੱਚ ਇਸ ਵਾਰ ਮੁਕਾਬਲਾ ਦਿਲਚਸਪ ਹੈ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਅਰ ਨੇ ਤਾਂ ਕਾਂਗਰਸ ਵੱਲੋਂ ਭੁਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਚੋਣ ਲੜ ਰਹੇ ਨੇ ਇਕਬਾਲ ਸਿੰਘ ਚੂੰਦਾ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਨੇ, ਜੋ ਮੌਜੂਦਾ MP ਵੀ ਨੇ, ਅਤੇ BJP ਨੇ ਦਾਖਲ ਖੇਡਿਆ ਅਰਵਿੰਦ ਖੰਨਾ ਅਤੇ